नवजोत सिंह सिद्धू की ताजपोशी तो बाद कांग्रेस पार्टी लिए विरोधियों के सुर होर भी तिखे होने शुरू हो गए हैं। हुण चंडीगढ़ विखे आम आदमी पार्टी के सीनियर नेता हरपाल सिंह चीमा वालों प्रैस कॉन्फ्रेंस करके नवजोत सिंह सिद्धू और कैप्टन अमरिंदर सिंह चंगे शब्दी रगड़े लगाए गए हैं। उन्होंने कहा कि 4.5 साल के बजाय तरक्की दे पंजाब सरकार ने सूबे नू करजे दे दलदल विच तकिया अते लोकां नाल वादियां दे रूप विच वड्डा धोखा कमाया। कैप्टन साहब भुल गए, कदे कहिंदे सी कि नवजोत सिंह सिद्धू जिहड़ा हैगा ਉਹ ਪਾਕਿਸਤਾਨੀ ਜਿਹੜਾ ਫੌਜ ਦਾ ਜਨਰਲ ਸੀਗਾ ਬਾਜਵਾ, ਉਹਦੇ ਨਾਲ ਜੱਥੀਆਂ ਪਾ ਕੇ ਆਉਂਦੇ ਨੇ ਕਿ ਇਹ ਕੈਪਟਨ ਸਾਹਿਬ ਦੇ ਟਵੀਟ ਸੀਗੇ। ਕੈਪਟਨ ਸਾਹਿਬ ਭੁੱਲ ਗਏ, 4 ਦਿਨ ਪਹਿਲਾਂ ਕਹਿੰਦੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਇਆ ਹੈਗਾ, ਇਹ ਕੈਪਟਨ ਸਾਹਿਬ ਭੁੱਲ ਗਏ। ਅੱਜ ਪੰਜਾਬ ਜਿਹੜਾ ਹੈਗਾ ਮੰਗ ਕਰਦਾ ਗਾ, ਅੱਜ ਪੰਜਾਬ ਦੇ ਨੌਜਵਾਨ ਮੰਗ ਕਰਦੇ ਨੇ, ਪੰਜਾਬ ਦਾ ਹਰੇਕ ਵਰਗ ਮੰਗ ਕਰਦਾ ਗਾ ਕਿ ਕੈਪਟਨ ਸਾਹਿਬ ਨੂੰ, ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਆ, ਕਿਉਂਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਗੱਲ ਸਪੱਸ਼ਟ ਹੋ ਗਈ। ਨਵਜੋਤ ਸਿੰਘ ਸਿੱਧੂ ਨੇ ਮੰਨ ਲਿਆ, ਜਿਹੜਾ ਹੈਗਾ ਪ੍ਰਧਾਨ ਬਣਦੇ ਸਾਰ ਹੀ ਮੰਨ ਲਿਆ ਕਿ 4.5 ਸਾਲ ਦੇ ਵਿੱਚ ਨਾ ਪੰਜਾਬ ਵਿੱਚ ਬੇਰੁਜ਼ਗਾਰੀ ਖਤਮ ਹੋਈ ਆ, 4.5 ਸਾਲ ਦੇ ਵਿੱਚ ਨਾ ਪੰਜਾਬ ਵਿੱਚ ਨਸ਼ੇ ਖਤਮ ਹੋਏ ਨੇ, 4.5 ਸਾਲ ਦੇ ਵਿੱਚ ਨਾ ਜਿਹੜਾ ਕਾਂਗਰਸ ਪਾਰਟੀ ਸਰਕਾਰ ਨੇ, ਨਾ ਹੀ ਪੰਜਾਬ ਵਿੱਚ ਜਿਹੜਾ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਗਾ। ਇੱਕ ਵੀ ਕੰਮ ਜਿੰਨੇ ਵਾਅਦੇ ਕਾਂਗਰਸ ਪਾਰਟੀ 2017 'ਚ ਕੀਤੇ ਸੀਗੇ, ਉਹਨਾਂ ਸਾਰੇ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ 4.5 ਸਾਲ ਦੇ ਵਿੱਚ ਕਾਂਗਰਸ ਪਾਰਟੀ ਨੇ ਨਹੀਂ ਕੀਤਾ, ਪੂਰਾ ਨਹੀਂ ਕੀਤਾ। ਇਹ ਗੱਲ ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣੇ ਮੂੰਹ ਤੋਂ ਮੰਨ ਲਈ, ਇਹ ਗੱਲ ਸਪੱਸ਼ਟ ਹੋ ਗਿਆ। ਹੁਣ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਕਿੰਨੀ ਕੁ ਪੰਜਾਬ ਹਿਤੈਸ਼ੀ ਆ, ਕਿੰਨੀ ਕੁ ਪੰਜਾਬ ਵਿਰੋਧੀ ਆ। 4.5 ਸਾਲ ਦੇ ਵਿੱਚ ਕੋਈ ਕੰਮ ਨਹੀਂ ਕੀਤਾ। ਹੁਣ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਉਹਦੇ ਸੰਬੰਧ ਪਾਕਿਸਤਾਨ ਨਾਲ ਨੇ। ਜਿੰਨੇ ਮਰਜ਼ੀ ਕੱਪੜੇ ਬਦਲ ਲਓ, ਜਿੰਨੇ ਮਰਜ਼ੀ ਲਿਬਾਸ ਬਦਲ ਲਓ, ਜਿੰਨੇ ਮਰਜ਼ੀ ਪ੍ਰਧਾਨ ਬਦਲ ਲਓ, ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਕ ਕਰਪਟ ਜਮਾਤ ਆ, ਇੱਕ ਭ੍ਰਿਸ਼ਟਾਚਾਰੀਆਂ ਦਾ ਟੋਲਾ ਗਾ, ਇੱਕ ਬਹੁਤ ਵੱਡਾ ਅੱਡਾ ਬਣ ਚੁੱਕਿਆ ਜਿਹਨੇ ਅੱਜ ਪੰਜਾਬ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਫੈਲਾਤਾ। ਅੱਜ ਪੰਜਾਬ ਦੇ ਵਿੱਚ ਇਸ ਸਰਕਾਰ ਨੇ ਲਗਭਗ 90,000 ਕਰੋੜ ਦਾ ਕਰਜ਼ਾ, ਇਸ ਸਰਕਾਰ ਨੇ, ਮੌਜੂਦਾ ਸਰਕਾਰ ਨੇ 90,000 ਕਰੋੜ ਦਾ ਕਰਜ਼ਾ ਪੰਜਾਬ 'ਤੇ ਚੜਾਤਾ, ਪੰਜਾਬੀਆਂ 'ਤੇ ਚੜਾਤਾ, ਪੰਜਾਬ ਦੀ ਅਰਥ ਵਿਵਸਥਾ ਜਿਹੜੀ ਆ ਉਹ ਤਹਿਸ ਨਹਿਸ ਕਰਤੀ। ਪਿਛਲੇ 25 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਲਗਭਗ 3 ਲੱਖ ਕਰੋੜ ਦਾ ਕਰਜ਼ਾ ਹੈਗਾ। ਕਿ ਕੌਣ ਪੰਜਾਬ 'ਚ ਰਿਹਾ ਸੀਐਮ, ਕੌਣ ਮੁੱਖ ਮੰਤਰੀ ਰਿਹਾ ਪੰਜਾਬ ਦਾ? ਜਾਂ ਤਾਂ ਕਾਂਗਰਸ ਪਾਰਟੀ ਦਾ ਜਾਂ ਅਕਾਲੀ ਦਲ ਬੀਜੇਪੀ ਵਾਲਾ। ਦੋਸ਼ ਸਾਡੇ 'ਤੇ ਲਾਉਂਦੇ ਨੇਗੇ, ਦੋਸ਼ ਸਾਡੇ ਬਾਰੇ ਕੁਛ ਨਾ ਕੁਛ ਕਰਦੇ ਰਹਿਣਗੇ। ਸੋ ਇੱਥੋਂ ਪਤਾ ਲੱਗਦਾ ਗਾ ਕਿ ਇਹ ਜਿਹੜੇ ਹੈਗੇ ਨੇ ਕਿੰਨੇ ਬਖਲਾ ਚੁੱਕੇ ਨੇਗੇ, ਕੈਪਟਨ ਸਾਹਿਬ ਕਿੰਨੇ ਬਖਲਾ ਚੁੱਕੇ ਨੇਗੇ, ਕਿਉਂਕਿ ਉਹਨਾਂ ਦੀ ਜਿਹੜੀ ਉਮਰ ਆ ਉਹ ਵਡੇਰੀ ਹੋ ਚੁੱਕੀ ਆ, ਕਾਂਗਰਸ ਪਾਰਟੀ ਪੰਜਾਬ ਵਿੱਚੋਂ ਖਤਮ ਹੋ ਚੁੱਕੀ ਆ। ਤਾਂ ਹੀ ਸਾਡੇ 'ਤੇ ਊਲ ਜਲੂਲ ਜਿਹੜੀਆਂ ਟਿੱਪਣੀਆਂ ਕਰਦੇ ਰਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇਸ਼ ਦੇ ਲੋਕਾਂ ਦੀ ਪਹਿਲੀ ਪਸੰਦ ਆ, ਆਮ ਆਦਮੀ ਪਾਰਟੀ ਦਾ ਦਿੱਲੀ ਦਾ ਮਾਡਲ ਜਿਹੜਾ ਹੈਗਾ ਉਹ ਪਹਿਲੀ ਪਸੰਦ ਆ, ਇਹ ਕਹਿੰਦੇ ਪੰਜਾਬ ਦਾ ਮਾਡਲ ਲੈ ਕੇ ਆਵਾਂਗੇ।